ਨਵੇਂ ਖੇਤੀ ਕਾਨੂੰਨ ਤੇ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਸਨਿਚਰਵਾਰ ਨੂੰ ਰਾਜਸਥਾਨ ਵਿੱਚ ਭਾਜਪਾ ਦੀ ਸਹਿਯੋਗੀ ਰਹੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਐਨਡੀਏ ਦਾ ਸਾਥ ਛੱਡ ਦਿੱਤਾ। ਪਿਛਲੇ 4 ਮਹੀਨਿਆਂ ਤੋਂ ਐਨਡੀਏ ਛੱਡਣ ਵਾਲੀ ਇਹ ਚੌਥੀ ਪਾਰਟੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਭਾਜਪਾ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਮੋਦੀ ਸਰਕਾਰ ਵਿੱਚ ਮੰਤਰੀ ਰਹੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਮੁੱਦੇ ਤੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅਕਤੂਬਰ ਵਿੱਚ ਪੀਸੀ ਥਾਮਸ ਦੀ ਅਗਵਾਈ ਹੇਠਲੀ ਕੇਰਲ ਕਾਂਗਰਸ ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਦਸੰਬਰ ਤੱਕ ਆਸਾਮ ਵਿੱਚ ਬੋਡੋਲੈਂਡ ਪੀਪਲਜ਼ ਫਰੰਟ ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਸਾਲ 2014 ਦੇ ਮੁਕਾਬਲੇ ਹੁਣ ਐਨਡੀਏ ਦੇ ਵਿੱਚ ਸਿਰਫ 16 ਪਾਰਟੀਆਂ ਹੀ ਰਹਿ ਗਈਆਂ ਨੇ। ਕੁਝ ਨਵੀਆਂ ਪਾਰਟੀਆਂ ਵੀ ਐਨਡੀਏ ਵਿੱਚ ਸ਼ਾਮਲ ਹੋਈਆਂ ਨੇ, ਜਿਵੇਂ ਬਿਹਾਰ ਵਿੱਚ ਜੀਤਨ ਰਾਮ ਮਾਂਝੀ ਦੀ ਹਮ, ਮੁਕੇਸ਼ ਸਾਹਨੀ ਦੀ VIP। ਇਸੇ ਤਰ੍ਹਾਂ ਆਸਾਮ ਵਿੱਚ ਪ੍ਰਮੋਦ ਬੋਰੋ ਦੀ ਪਾਰਟੀ ਯੂਨਾਈਟਿਡ ਪੀਪਲਜ਼ ਪਾਰਟੀ ਨੇ BTC ਚੋਣਾਂ ਤੋਂ ਬਾਅਦ ਭਾਜਪਾ ਦੇ ਨਾਲ ਗੱਠਜੋੜ ਕੀਤਾ। 2014 ਤੋਂ ਬਾਅਦ ਸਭ ਤੋਂ ਪਹਿਲਾਂ ਹਰਿਆਣਾ ਜਨਹਿਤ ਕਾਂਗਰਸ ਨੇ ਭਾਜਪਾ ਦਾ ਸਾਥ ਛੱਡਿਆ ਸੀ, ਜਦੋਂ ਕੁਲਦੀਪ ਬਿਸ਼ਨੋਈ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਬਾਅਦ ਹੀ ਐਨਡੀਏ ਨੂੰ ਅਲਵਿਦਾ ਹੋ ਗਏ ਸਨ। ਉਸੇ ਤਰ੍ਹਾਂ ਤਾਮਿਲਨਾਡੂ ਦੇ MD MK ਨੇ 2016 ਦੇ ਵਿੱਚ, DMDK ਅਤੇ PMK ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਆਂਧਰਾ ਪ੍ਰਦੇਸ਼ ਦੇ ਵਿੱਚ ਜਨ ਸੇਵਾ ਵੀ 2014 ਵਿੱਚ, ਕੇਰਲ ਦੀ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ 2016 ਵਿੱਚ, 2017 ਵਿੱਚ ਮਹਾਰਾਸ਼ਟਰ ਦੀ ਸਵਾਭਿਮਾਨ ਪ੍ਰਕਾਸ਼ ਪਾਰਟੀ ਵੀ ਐਨਡੀਏ ਦਾ ਸਾਥ ਛੱਡ ਗਈਆਂ ਸਨ। 2018 ਵਿੱਚ ਤੇਲਗੂ ਦੇਸਮ ਪਾਰਟੀ ਅਤੇ PDP, 2019 ਵਿੱਚ ਸ਼ਿਵ ਸੈਨਾ ਵੀ ਵੱਖ ਹੋ ਗਈਆਂ ਸਨ। ਬਿਊਰੋ ਰਿਪੋਰਟ, ਆਵਾਜ਼ੇ ਕੌਮ TV।